घाट का है, बाईपास वाला, बढ़िया एकदम। दिखा रहा है जाम है,
ਡਰਾਈਵਿੰਗ ਕਰ ਰਹੇ ਹਾਂ ਸੋਨੇ ਸੋਨੇ ਦੇ ਚੰਗੇ ਚੰਗੇ ਪਹਾੜ ਆ ਗਏ ਨੇ ਲੈ ਲਓ ਤੁਸੀਂ ਬਹੁਤ ਜ਼ਿਆਦਾ ਰਾਜੂ ਰੇਟ ਉਗੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਹਾਂਜੀ ਵੀਰ ਜੀ, ਅਸੀਂ ਪਹੁੰਚੇ ਹਾਂ, ਅਸੀਂ ਨਹੀਂ ਪਤਾ ਕਿੱਥੇ ਪਹੁੰਚੇ ਹਾਂ, ਲੇਕਿਨ ਸ਼੍ਰੀਨਗਰ ਪਹੁੰਚਣ ਲਈ ਸਾਡੇ ਹੈਗੇ ਨੇ 70 ਕਿਲੋਮੀਟਰ ਅਤੇ ਆਪਾਂ ਵਿੱਚ ਹੀ ਕਿੱਥੇ ਹੈਗੇ ਹਾਂ, ਆਈ ਥਿੰਕ ਮੇ ਬੀ ਇਟਸ ਪੌੜੀ। ਤੋ ਯਹਾਂ ਪੇ ਇੱਕ ਬਹੁਤ ਬੜੀਆ ਨਜ਼ਾਰਾ ਜੋ ਹਮਨੇ ਦੇਖਾ, ਸਾਰੇ ਨਜ਼ਾਰੇ ਬਹੁਤ ਬੜੀਆ, ਉੱਤਰਾਖੰਡ ਬਹੁਤ ਬੜੀਆ, ਬਹੁਤ ਸੁੰਦਰ ਹੈ। ਰਿਸਕੀ ਵੀ ਹੈ, ਉੱਚਾਈ ਵੀ ਕਾਫੀ ਹੈ ਕਿਉਂਕਿ, ਔਰ ਚੜ੍ਹਾਈ ਵੀ ਕਾਫੀ ਹੈ, ਲੇਕਿਨ ਬਹੁਤ ਸੁੰਦਰ ਹੈ ਉੱਤਰਾਖੰਡ। ਫਾਰ ਫਾਰ ਸ਼ਿਮਲਾ ਸੇ ਤੋ ਫਾਰ ਫਾਰ ਬੈਟਰ ਹੈ, ਹੈ ਨਾ। ਔਰ ਚਲੋ ਆਪਾਂ ਨਜ਼ਾਰਾ ਦਿਖਾਉਂਦੇ ਹਾਂ, और ऐसे ऐसे कांटों वाले पेड़ से भी सावधान। ये अभी अभी मेरे पजामे पे लिपट गए थे। चलिए, होप आपको अच्छा लगा होगा इस सीनरी, ये नज़ारा। बस जी, हूँ असं थोड़े को विदा लैने वाला डायलॉग, तो आप ਹੁਣ ਆਪਾਂ ਪਹੁੰਚਦੇ ਹਾਂ, ਜਲਦ ਤੋਂ ਜਲਦ ਹੋਟਲ ਪਹੁੰਚਦੇ ਹਾਂ ਕਿਉਂਕਿ ਟਾਈਮ ਹੋ ਗਿਆ 4:45 ਅਤੇ 5:30-6 ਵਜੇ ਤੱਕ ਮੈਨੂੰ ਐਸਟੀਮੇਟ ਹੈਗਾ ਕਿ ਇੱਥੇ ਹਨੇਰਾ ਹੋ ਜਾਣਾ, ਅਤੇ ਹਨੇਰੇ ਵਿੱਚ ਡਰਾਈਵ ਕਰਨਾ ਬਹੁਤ ਔਖਾ ਹੈ। ਅਤੇ ਸ਼ਿਮਲਾ ਵਿੱਚ ਤੁਸੀਂ ਘੱਟ
ਬਾਅਦ ਅੜਕੀ ਵਿੱਚ ਫਿਰ ਤੁਸੀਂ ਕਰ ਲਓ, ਲੇਕਿਨ ਇੱਥੇ ਹਨੇਰੇ 'ਚ ਡਰਾਈਵ ਕਰਨ ਦਾ ਕੋਈ ਮਤਲਬ ਨਹੀਂ ਹੁੰਦਾ, ਹੈ ਨਾ, ਔਰ ਕਿਉਂਕਿ ਬਹੁਤ ਰਿਸਕੀ ਆ, ਬਹੁਤ ਉਚਾਈ ਫੋਰ ਯੋਰ ਸੇਫਟੀ ਪਰਪਸ। ਤੋ ਚਲੀਏ ਮਿਲਤੇ ਹਾਂ ਹੋਟਲ, ਬਾਏ, ਟੇਕ ਕੇਅਰ। ਜੀ ਸਾਰਿਆਂ ਨੂੰ, ਰਾਹ ਦੇਖੋ ਜੀ ਉੱਤਰਾਖੰਡ ਦਾ ਨਜ਼ਾਰਾ ਅਤੇ ਉੱਤਰਾਖੰਡ ਦੀ ਬਿਊਟੀ, ਮਾਇੰਡ ਬਲੋਇੰਗ। ਡਰਾਈਵ ਕਰਨ ਦਾ ਤਾਂ ਮਨ ਹੀ ਨਹੀਂ ਕਰਦਾ, ਬਸ ਮਨ ਕਰਦਾ ਰੁਕੋ, ਫੋਟੋਆਂ ਖਿੱਚੋ, ਵੀਡੀਓ ਬਣਾਓ ਅਤੇ ਇੱਥੇ ਹੀ ਰਹਿ ਜਾਓ। ਬੜਾ ਡਰ ਰਹੀ ਹੈ, ਪਿੱਛੇ ਆਓ ਪਿੱਛੇ, ਪਿੱਛੇ ਆਓ ਪਿੱਛੇ ਆਓ, ਤੁਸੀਂ ਕੀ ਜਾਣਾ ਹੈ, ਤੇਜ਼ ਹਵਾ ਚੱਲਦੀ ਹੈ। ਚਲੋ ਜੀ, ਮੈਂ ਤੁਸੀਂ ਵੇਖਿਆ ਹੋਣਾ ਇੱਧਰ ਦਾ ਨਜ਼ਾਰਾ, ਸਾਹਮਣੇ ਪਹਾੜ ਇੱਦਾਂ ਲੱਗ ਰਿਹਾ ਪਹਾੜ ਦੇ ਨਜ਼ਾਰਾ ਹੁੰਦਾ ਹੈ।